ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸਿਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬੀ ਕਲਚਰ ਐਂਡ ਹੈਰੀਟੇਜ ਐਂਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਖਾਲਸਾ ਰਾਜ ਫੁੱਟਸਟੈਪਸ ਨੂੰ ਲੈ ਕੇ ਮੈਂ ਫਿਰ ਇੱਕ ਵਾਰੀ ਹਾਜ਼ਰ ਹੋਇਆ ਸਰਦਾਰ ਰਤਨ ਦੀਪ ਸਿੰਘ ਕੋਹਲੀ ਜੀ ਔਰ ਉਹਨਾਂ ਦੀ ਮਿਸਿਸ ਪਰਮਜੀਤ ਕੌਰ। ਪਰਮਜੀਤ ਪੰਮੇ ਬੋਲਦੇ। ਠੀਕ ਠੀਕ ਹੈ ਜੀ। ਇਹ ਦੁਬਾਰਾ ਦੱਸਦਾ ਚੱਲਾਂ ਕਿ ਇਹ ਪੋਤਰੇ ਨੇ ਸਰਦਾਰ ਚੇਤ ਸਿੰਘ ਕੋਹਲੀ ਜੀ ਦੇ, ਔਰ ਇਹਨਾਂ ਦੀ ਫੈਮਿਲੀ ਹਿਸਟਰੀ ਬਾਰੇ ਮੈਂ ਥੋੜ੍ਹੀ ਜਿਹੀ ਇਹਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਥੋੜ੍ਹਾ ਜਿਹਾ ਕੋਹਲੀ ਫੈਮਿਲੀ ਦੇ ਬਾਰੇ 'ਚ ਦੱਸੋ ਕਿ ਕੋਹਲੀ ਫੈਮਿਲੀ ਆਖਿਰ ਸਰਦਾਰ ਹੀਰਾ ਸਿੰਘ ਜੀ ਦਾ ਨਾਮ 'ਤੇ ਮੈਂ ਜਾਣ ਗਿਆ। ਸਰਦਾਰ ਹੀਰਾ ਸਿੰਘ ਜੀ ਦੇ ਵਾਲਦ ਦਾ ਨਾਮ, ਉਹਨਾਂ ਦੀ ਜਿਹੜੀ ਉਹਨਾਂ ਦਾ ਖਾਨਦਾਨ ਸੀ ਉਹਨਾਂ ਬਾਰੇ ਔਰ ਉਹਨਾਂ ਦੇ ਬੱਚਿਆਂ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ। ਇਹਨਾਂ ਦੀ ਇੰਨੀ ਸੋਹਣੀ ਸਰਵਿਸਿਸ ਨੇ, ਇਹਨਾਂ ਦਾ ਇੰਨਾ ਸੋਹਣਾ ਪਿਆਰ ਹੈ ਇਸ ਮਿੱਟੀ ਦੇ ਨਾਲ, ਅਤੇ ਮੈਂ ਚਾਹਾਂਗਾ ਕਿ ਤੁਸੀਂ ਸਭ ਜਿਹੜਾ ਇਹਨਾਂ ਦੀ ਜ਼ੁਬਾਨੀ ਹੀ ਸੁਣੋ। ਜੀ ਸਰਦਾਰ ਜੀ, ਤੁਸੀਂ ਮੈਨੂੰ ਪਹਿਲੇ ਆਪਣੇ ਪੁਰਖਾਂ ਬਾਰੇ ਥੋੜ੍ਹਾ ਜਿਹਾ ਦੱਸੋ। ਸਰਦਾਰ ਹੀਰਾ ਸਿੰਘ ਤੋਂ ਪਹਿਲੇ ਉਹਨਾਂ ਦੇ ਫਾਦਰ ਦੇ ਨਾਂ 'ਤੇ ਮੈਨੂੰ ਨਹੀਂ ਯਾਦ, ਮਗਰ ਸਰਦਾਰ ਹੀਰਾ ਸਿੰਘ ਉਹਨਾਂ ਦੇ 5 ਬੇਟੇ ਸਨ ਔਰ 3 ਬੇਟੀਆਂ ਸਨ, ਅਤੇ ਸਭ ਤੋਂ ਵੱਡੇ ਸਰਦਾਰ ਜਵਾਲਾ ਸਿੰਘ ਸਨ, ਫਿਰ ਉਸ ਤੋਂ ਬਾਅਦ ਮਾਂ ਸਿੰਘ, ਫਿਰ ਉਸ ਤੋਂ ਰਾਮ ਸਿੰਘ, ਅਤੇ ਇੱਕ ਹੋਰ ਬ੍ਰਦਰ ਦਾ ਨਾਮ ਮੈਨੂੰ ਇਸ ਟਾਈਮ ਯਾਦ ਨਹੀਂ ਆ ਰਿਹਾ। ਸਭ ਤੋਂ ਛੋਟੇ ਸਰਦਾਰ ਚੇਤ ਸਿੰਘ ਸਨ। ਇਹ ਸਾਰੇ ਇੱਥੇ ਠੇਕੇਦਾਰ ਸਨ ਔਰ ਡਿਫੈਂਸ ਦੇ ਔਰ ਸਿਵਲ ਕੰਟਰੈਕਟਰਸ ਰਹੇ, ਨੂੰ ਬੜੀ ਵੱਡੀ ਫਰਮ ਸੀ ਔਰ ਇਹਨਾਂ ਦਾ ਇਤਨਾ ਪਿਆਰ ਸੀ ਆਪਸ ਵਿੱਚ ਕਿ ਇੱਕ ਮਿਸਾਲ ਦੇ ਤੌਰ 'ਤੇ ਲੋਕ ਇਸ ਫਰਮ ਦੇ ਬਾਰੇ ਗੱਲ ਕਰਦੇ ਸੀ। ਇਹਨਾਂ ਨੇ ਇੱਥੋਂ ਤੋਂ ਲੈ ਕੇ ਪਰਸ਼ੀਆ ਤੱਕ ਕੰਮ ਕੀਤਾ ਔਰ ਇੱਥੇ ਜ਼ੈਦਾਨ ਇਰਾਨ ਤੱਕ ਇਹਨਾਂ ਦੀ ਫੈਮਿਲੀਜ਼ ਜਾ ਕੇ ਇਸਟੈਬਲਿਸ਼ ਹੋਈਆਂ। ਔਰ ਸਰਦਾਰ ਚੇਤ ਸਿੰਘ ਯੰਗੈਸਟ ਵੀ ਸਨ ਅਤੇ ਉਹ ਇੱਕ ਕਹਿੰਦੇ ਨੇ ਇੱਕ ਗੋ ਗਟਰ ਟਾਈਪ ਦੇ ਬੰਦੇ ਸਨ। ਉਹਨਾਂ ਨੇ ਉੱਥੇ ਜਾ ਕੇ ਮਿਲਟਰੀ ਦੀ ਕੰਟੀਨਾ ਔਰ ਡਿਸਟਿਲਰੀ ਔਰ ਸਿਵਲ ਕੰਟਰੈਕਟਸ ਦਾ ਕੰਮ ਕੀਤੇ। ਅੱਛਾ ਸਰ, ਮੈਨੂੰ ਕੋਈ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਰਹੀ ਹੈ ਮੈਨੂੰ, ਤੁਸੀਂ ਸਿਰਫ ਇਹ ਦੱਸੋ ਆਇਆ ਕਿ ਤੁਹਾਡੀ ਫੈਮਿਲੀ ਕਿਸੇ ਮਿਸਲ ਨਾਲ ਤਲਕ ਰੱਖਦੀ ਸੀ? ਕਿਸੇ ਮਿਸਲ, ਜਿਹੜੀਆਂ 12 ਮਿਸਲਾਂ ਸਨ ਸਿੱਖਾਂ ਦੀਆਂ, ਜਿਸ ਤਰ੍ਹਾਂ ਸੁਕਰ ਚੱਕੀਏ ਸਨ, ਆਲੂ ਵਾਲੀਏ ਸਨ, ਜਾਂ ਕੋਈ ਜੀ ਖੋਖਰਾਣ। ਅੱਛਾ, ਖੋਖਰਾਣ ਜਿਹੜੇ ਸਨ, ਖੋਖਰਾਣ ਫੈਮਿਲੀ ਹੈ, ਖੱਤਰੀ ਫੈਮਿਲੀ ਜਿਸ ਖੱਤਰੀ। ਓਕੇ ਓਕੇ ਓਕੇ, ਜਿਸ ਤਰ੍ਹਾਂ ਆਨੰਦ ਨੇ, ਖੋਖਰਾਣ ਨੇ, ਖੋਖਰਾਣ ਸੱਤ ਜਾਤਾਂ ਦੀ ਬਣੀ ਹੋਈ ਹੈ। ਆਨੰਦ, ਚੱਡੇ, ਸੇਠੀ, ਕੋਹਲੀ, ਸਾਣੀ ਅਤੇ ਚੰਡੋਕ ਅਤੇ ਸੂਰੀ, ਇਹ ਸਾਰੇ ਖੁਖਰੈਣ ਕਹਿਲਾਉਂਦੇ ਨੇ ਔਰ ਉਹ ਇਹ ਖਾਸ ਇਸ ਏਰੀਆ ਦੇ ਚਕਵਾਲ ਏਰੀਆ ਤੋਂ ਹੀ ਮੋਸਟਲੀ ਬਿਲੋਂਗ ਕਰਦੇ। ਦੇਖੋ, ਇਹ ਮੇਰੀ ਫਸਟ ਟਾਈਮ ਅੱਜ ਨੌਲੇਜ ਦੇ ਵਿੱਚ ਆਇਆ ਹੈ ਕਿ ਵੀ ਇਹ ਸਾਰਾ ਜਿਹੜਾ ਦੱਸ ਰਹੇ ਨੇ ਮੈਨੂੰ ਪਹਿਲੇ ਬਿਲਕੁਲ ਪਤਾ ਨਹੀਂ ਸੀ। ਜੀ ਤੁਸੀਂ ਅੱਗੇ ਦੱਸੋ ਕਿ ਤੁਸੀਂ ਆਪਣੀ ਦੱਸ ਰਹੇ ਸੀ ਫੈਮਿਲੀ ਦੀ ਸਰਵਿਸ ਸਰ। ਅੱਗੋਂ ਸਰਦਾਰ ਚੇਤ ਸਿੰਘ ਦੇ 2 ਲੜਕੇ ਸਨ ਔਰ 2 ਲੜਕੀਆਂ ਸਨ, 3 ਲੜਕੀਆਂ ਸਨ ਐਕਚੁਲੀ। ਇੱਕ ਦੀ ਬਚਪਨ ਦੀ ਡੈਥ ਹੋ ਗਈ ਸੀ ਔਰ ਇੱਕ ਵੱਡੇ ਉਹਨਾਂ ਦੇ ਬੇਟੇ ਗੁਰਬਖਸ਼ ਸਿੰਘ ਸਨ, ਉਹ ਉਹਨਾਂ ਦੀ ਯੂਥ ਵਿੱਚ ਆਫਟਰ ਹੀ ਗ੍ਰੈਜੂਏਟਡ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ। ਅਤੇ ਮੇਰੇ ਫਾਦਰ ਨੰਬਰ 2 ਸਨ ਸਰਦਾਰ ਅਜੀਤ ਸਿੰਘ, ਉਹ ਆਪਣੇ ਪਿਤਾ ਜੀ ਦੇ ਨਾਲ ਤਹਿਰਾਨ ਰੋ ਰਹੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਔਰ ਪਾਰਟੀਸ਼ਨ ਤੋਂ ਬਾਅਦ ਅਸੀਂ ਦਿੱਲੀ ਜਾ ਕੇ ਸੈਟਲ ਹੋਏ। ਮੇਰੀ 2 ਭੂਆ ਸਨ, ਇੱਕ ਵੱਡੀ ਸਰਦਾਰ ਉਜਾਗਰ ਸਿੰਘ ਸਾਨੀ, ਉਹ ਵੀ ਬਲਕਸਰ ਦੀ ਫੈਮਿਲੀ ਹੈ, ਉੱਥੇ ਉਹਨਾਂ ਨਾਲ ਵਿਆਹ ਸੀ। ਅਤੇ ਮੇਰੀ ਛੋਟੀ ਭੂਆ ਸੁਰਿੰਦਰ ਕੌਰ, ਉਹ ਸਰਦਾਰ ਉਜਲ ਸਿੰਘ ਔਰ ਸਰਸੋਭਾ ਸਿੰਘ, ਇਹ ਦੋਨੋਂ ਭਰਾ ਜਿਹੜੀ ਵੱਡੀ ਫੈਮਿਲੀ ਸੀ ਪਾਕਿਸਤਾਨ ਦੀ ਔਰ ਦਿੱਲੀ ਵਿੱਚ ਜਾ ਕੇ ਸਾਹਿਬ ਉਜਲ ਸਿੰਘ ਗਵਰਨਰ ਵੀ ਬਣੇ ਪੰਜਾਬ, ਉਹਨਾਂ ਦੇ ਬੇਟੇ ਨਰਿੰਦਰ ਸਿੰਘ ਦੇ ਨਾਲ ਵਿਆਹੇ ਸਨ ਔਰ ਉਹਨਾਂ ਦੀ ਇੱਕ ਬੇਟੀ ਹੈ
कंचन और मेरे वड्डी भुआ दे बेटे हैं दलजीत सिंह और उन्हां दी छोटा बेटा है दीप जोत उन्हां दी एक वड्डी बेटी है पुष्पा उन्हां दे तीन बच्चे सन ते मेरे असी चार भरा भैन सा अजीत सिंह और मेरे तो एक वड्डा ब्रदर सी दिपिंदर सिंह वो हुण नहीं है मैं नंबर दो ते रतनदीप सिंह मेरे तो छोटा सी मनोरंजन सिंह और वो भी हुण नहीं है ते एक छोटा है किरणदीप सिंह ते साड़ी सिस्टर है ज्योति ज्योत्सना कोहली जो कैलीफोर्निया रहती है ते हुण असीं दिल्ली रह रहे हैं और अगर मेरे दो बेटे हैं और एक पोतरा है वो सारे अच्छे काम विच लगे हैं मैं भी दिल्ली बिजनेस ही कीता और मेरे बेटे हम अच्छे सर्विस चैन एक बड़ा लड़का मॉस्को होंदा माइक्रोमैक्स द कंट्री हेड है उत्थे ते छोटा अपने आईटी फील्ड विच अपने नेम्स दसो जरा बेटियां दे बेटे दा नाम वड्डे दा रमनीक सिंह है वो मॉस्को ही पढ़िया उत्थे पीएचडी कीती उन्हें और ते छोटा हम दिल्ली होंदा है वो आईटी फील्ड विच स्टार्टअप कंपनी विच सीगा पहले बैंक बाजार डॉट कॉम उस बड़े उच्चे लै गए उस अपना एक और प्राइवेट कंपनी स्टार्टअप रमरीक वीर जी तो अपने प्यारा ननकाना साहिब के मैंबर भी ने साडा ग्रुप है एक प्यारा ननकाना साहिब जिहदे विच कोशिश करते हैं असी पंजाब की हिस्टरी बारे गल करिए उहदे विच ही तुहाडे नाल मेरी मुलाकात हुई सी वीर मनवीर जी नाल भी थोड़े नाल भी रमरीक जी नाल भी और पता नहीं किन्ने लोग छुपे बैठे हुए ने बोलते नहीं है मैनू ए नहीं समझ आती चलो अच्छा तो ये सरदार हीरा सिंह जी दे जिहड़े अगे ग्रैंड फैमिली है कित्थे तक पहुँची किवें पहुँची और की कर रही है कुछ लोगों की मेरे नाल गल हुंदी सी उह कहिंदे सी कि यार सानू तुसी सरदार चेत सिंह जी की फैमिली के बारे च जिहड़ा वह कुछ दसो तो मेरा ख्याल है कि उन्हां लोगों का तो जो है सी माइंड सी इस चीज़ के मुतलक कि भी असी खोज लाइए देखिए पढ़िए तो मैं तो खोज लाण तो उत्ते लै गया काम मैं उन्होंने आन सामने बिठाया और उन्होंने अपने मुँह ही सारी फैमिली की जिहड़ी हिस्टरी उड़ तुहाडे तक पहुँचाई है तो भाभी जी तुसी दसो तुसी किन्नी वारी आए चकवाल मैं दूसरी बारी आई हाँ पहली दफ़ा जो उन्होंने असी विजिट किया पाकिस्तान फर्स्ट टाइम मैं आई हाँ तो सानू प्रिंसिपल साहब ने इनवाइट किया सी 100 ईयर्स सेलिब्रेशन वास्ते उस तो बाद मैं असी दोनों आए सी तो सानू बहुत ही अच्छा वेलकम मिलिया और इतना प्यार मिलिया सब दे कोलों कि सारा दिन मेरा रो के कटिया मैं बिलीव नहीं कर सकती सी कि भी इतना तुसी लोग सब सानू प्यार दोगे फिर उस तो बाद असी मुंडे भी गए ते उत्थे दादा जी दा स्कूल उत्थे भी गए प्रिंसिपल साहब नू मिले मैं नहीं तुहानू दस सकती कि उस दिन मैनू यकीन नहीं आ रहा सी जदों मैं सारियां प्लेटां देखियां दीवारां दे उपर नां लिखे होए इन्हां दे दादा जी पर दादा जी दा दे नां लिखे होए उस तो बाद डिस्पेंसरी लै के गए जिथे इन्हां दे दादी जी दा नां लिखे होया सी लविंग मैमरी ऑफ हिज वाइफ चेत सिंह जी नीचे लिखे होया सी हाँ जी मैं कुछ दिन पहले गया सी फीमेल वार्ड दे विच उन्हां दा वो नाम लिखिया होया और स्टोन लेट बाय आज भी लग्या होया हां जी चकवाल दी नू मैं ते सारे ने क्या आज चकवाल दी नू कर आई बड़ा सो मैं नहीं बहुत ज्यादा ओवरवेल्ड हो गई सी कि मेरे अथरू नहीं रुक रहे सी सारा दिन किद्दां दा लगदा है कि जदों दिल्ली तो चकवाल का जो सफ़र है कितना क पेनफुल होएगा इस फैमिली को पूछा जा सकता जिन्हों का सब कुछ ही नॉर्थ वेस्ट पंजाब के अंदर रह गया पाकिस्तान के अंदर रह गया लेकिन टिल पीपल अच्छा सरवाइव कर रहे हैं और चकवाल का नाम अज तक जड़ा उन्होंने याद रखे और चकवाल के नाम नूं रोशन करन दे विच अज भी ये लोग कितना अपनी मिट्टी ना प्यार करते हैं कोई अगर मिट्टी का प्यार समझदा है तो
ਮੇਰਾ ਖਿਆਲ ਹੈ ਕਿ ਉਹ ਬਿਹਤਰ ਹੈ ਕਿ ਇਹਦੇ ਬਾਰੇ 'ਚ ਅਲਫਾਜ਼ ਨਹੀਂ ਕਹੇ ਜਾ ਸਕਦੇ। ਇਹਨਾਂ ਦੋਵਾਂ ਜੀਆਂ ਦੀਆਂ ਅੱਖਾਂ ਦੇ ਅੱਥਰੂ ਦੱਸ ਰਹੇ ਨੇ ਕਿ ਇਹਨਾਂ ਨੂੰ ਅੱਜ ਵੀ ਆਪਣੇ ਪੁਰਖਾਂ ਦੀ ਮਿੱਟੀ ਦੇ ਨਾਲ ਕਿੰਨਾ ਪਿਆਰ ਹੈ, ਜਿਹੜੇ ਨਾ ਇੱਥੇ ਜੰਮੇ ਜੇ ਨਾ ਜਿਹੜੇ ਪਲੇ, ਨਾ ਇੱਥੇ ਦਾ ਹਲੇ ਪਿਆਰ ਮਿਲਿਆ, ਸਿਰਫ ਦੋ ਵਾਰ ਆ ਕੇ ਅਤੇ ਇੰਨੇ ਇਮੋਸ਼ਨਲ ਨੇ। ਅੱਗੋਂ ਬਹੁਤ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮੈਨੂੰ ਲਿਖਦੇ ਨੇ ਕਿ ਸਾਡਾ ਉਹ ਚੀਜ਼ ਦਿਖਾ ਦਿਓ, ਸਾਡੀ ਇਹ ਚੀਜ਼ ਦਿਖਾ ਦਿਓ, ਬਾਬਾ ਜੀ ਇਹ ਦਿਖਾ ਦਿਓ, ਬਾਬਾ ਜੀ ਉਹ ਦਿਖਾ ਦਿਓ। ਕਾਸ਼ ਕਿ ਮੇਰੇ ਹੱਥ ਦੇ ਵਿੱਚ ਇਹ ਸਾਰਾ ਕੁਛ ਹੁੰਦਾ ਕਿ ਮੈਂ ਇੱਕ ਕਲਿੱਕ ਕਰਾਂ ਔਰ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਵਾਂ। ਪਰ ਸਾਡਾ ਪੰਜਾਬ ਬਹੁਤ ਵੱਡਾ, ਇੰਡੀਅਨ ਪੰਜਾਬ ਤੋਂ ਬਹੁਤ ਵੱਡਾ, 12-12 ਘੰਟੇ ਦੀ ਡਰਾਈਵ ਕਰਨੀ ਪੈਂਦੀ ਹੈ, ਫਿਰ ਜਾ ਕੇ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਪਹੁੰਚਣਾ ਵਾਂ। ਇਸਲਾਮਾਬਾਦ ਪਾਕਿਸਤਾਨ ਦਾ ਇੱਕ ਕੋਰਨਰ ਔਰ ਸਾਊਥ ਪੰਜਾਬ ਦਾ ਐਂਡ ਬਾਵਲਪੁਰ 'ਤੇ ਆ ਕੇ ਜਾ ਕੇ ਹੁੰਦਾ। ਉਹ ਸਟੇਟਾਂ ਪੰਜਾਬ ਦੇ ਵਿੱਚ ਆ ਚੁੱਕੀਆਂ ਨੇ, ਲੇਕਿਨ ਹਰ ਕਿਸੇ ਦਾ ਖੁਆਬ ਪੂਰਾ ਹੋਣਾ ਜ਼ਰੂਰੀ ਨਹੀਂ ਹੈ। ਲੇਕਿਨ ਮੈਂ ਕੁਛ ਉਹ ਲੋਕਾਂ ਦੇ ਦੱਸ ਰਿਹਾ ਕਿ ਜਿਨ੍ਹਾਂ ਨੇ ਜਿਉਂਦੇ ਜੀ ਜੋ ਖੁਆਬ ਦੇਖੇ ਸਨ ਉਹਨਾਂ ਦੇ ਉਹ ਖੁਆਬ ਪੂਰੇ ਹੋਏ। ਅਤੇ ਤੁਸੀਂ ਮੈਂ ਲਾਸਟ 'ਚ ਇੱਕ ਚੀਜ਼ ਅਪੀਲ ਕਰਨਾ ਚਾਹੁੰਦਾ ਗੌਰਮੈਂਟ ਦੋਨੋਂ ਗੌਰਮੈਂਟਸ ਨੂੰ ਕਿ ਵੀਜ਼ਾ ਥੋੜ੍ਹਾ ਰਿਲੈਕਸ ਕੀਤਾ ਜਾਏ ਅਤੇ ਪਰਸਨਲ ਟੱਚ ਜਿਹੜਾ ਲੋਕਾਂ ਦਾ ਆਪਸ 'ਚ ਮਿਲਣ ਦੇ ਉੱਪਰ ਕੋਈ ਰੋਕ ਨਾ ਰੱਖੀ ਜਾਏ। ਬਾਕੀ ਪੋਲੀਟੀਕਲ ਇਸ਼ੂ ਤਾਂ ਚੱਲਦੇ ਰਹਿਣਗੇ, ਮਗਰ ਜੋ ਯਾਦਾਂ ਲੋਕਾਂ ਦੀਆਂ ਜੁੜੀਆਂ ਹੋਈਆਂ ਨੇ ਇੱਥੇ ਔਰ ਉਹ ਇੱਥੋਂ ਦੇ ਲੋਕਾਂ ਦੀਆਂ ਹਿੰਦੁਸਤਾਨ ਵਿੱਚ, ਉਹ ਐਟਲੀਸਟ ਉਹਨਾਂ ਨੂੰ ਹੁਣ ਤਾਂ ਉਹਨਾਂ ਦੀ ਉਮਰਾਂ ਵੀ ਹੋ ਗਈਆਂ 7 ਸਾਲ, ਕਈ ਹੁਣ ਕੁਛ ਸਾਲਾਂ ਬਾਅਦ ਰਹਿਣਗੇ ਵੀ ਨਹੀਂ, ਉਹਨਾਂ ਨੂੰ ਆਪਣਾ ਇੱਕ ਇੱਕ ਵਾਰੀ ਕਿ ਐਟਲੀਸਟ ਆਪਣੇ ਜਿੱਥੇ ਉਹਨਾਂ ਦੇ ਪੁਰਖਾਂ ਦੀ ਜਗ੍ਹਾ ਉੱਥੇ ਜਾਣ ਦਾ ਮੌਕਾ ਮਿਲੇ। ਔਰ ਇਸ ਬਾਰੇ ਜ਼ਰੂਰ ਗੌਰਮੈਂਟ ਨੂੰ, ਦੋਨੋਂ ਗੌਰਮੈਂਟਸ ਨੂੰ ਰਿਲੈਕਸ ਕਰਨਾ ਚਾਹੀਦਾ ਔਰ ਹਰ ਰੁਕਾਵਟਾਂ ਘਟਾਉਣੀਆਂ ਚਾਹੀਦੀਆਂ। ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ, ਦਿਲ ਨਹੀਂ ਵੰਡੇ ਜਾ ਸਕਦੇ, ਪੰਜਾਬੀ ਨਹੀਂ ਵੰਡੇ ਜਾ ਸਕਦੇ। ਪੰਜਾਬ ਨੂੰ ਲੀਕਾਂ ਲੱਗੀਆਂ, ਪੰਜਾਬ ਜਿੰਨੀ ਵਾਰ ਵੀ ਵੰਡਿਆ ਜਾਏ, ਪੰਜਾਬ ਦੇ ਲੋਕ ਔਰ ਪੰਜਾਬ ਨਾਲ ਜੁੜੀ ਹੋਈ ਪੰਜਾਬੀਅਤ ਜਿਹੜੀ ਹੈ ਅੱਜ ਵੀ ਜ਼ਿੰਦਾ ਹੈ, ਲੋਕਾਂ ਦੇ ਦਿਲਾਂ ਵਿੱਚ ਹੈ, ਔਰ ਪੰਜਾਬ ਜਿਹੜਾ ਉਹ ਲੀਕਾਂ ਦੇ ਨਾਲ ਵੰਡਿਆ ਨਹੀਂ ਜਾ ਸਕਦਾ। ਔਰ ਪੰਜਾਬ ਦੀ ਦੇਖ ਲਓ ਤੁਸੀਂ, ਪੰਜਾਬ ਔਰ ਪੰਜਾਬੀਆਂ ਦੇ ਇਮੋਸ਼ਨਸ ਔਰ ਸੈਂਟੀਮੈਂਟਲਸ ਤੁਹਾਡੇ ਸਾਹਮਣੇ ਨੇ ਕਿ ਉਹ ਫਿਰ ਅਸੀਂ ਰਿਕੁਐਸਟ ਕਰ ਰਹੇ ਨੇ ਕਿ ਪਲੀਜ਼ ਪੰਜਾਬੀਆਂ ਨੂੰ ਆਉਣ ਜਾਣ ਲਈ ਥੋੜ੍ਹੀ ਸੋਫਟਨੈਸ ਦਿੱਤੀ ਜਾਵੇ, ਵੀਜ਼ਾ ਜਲਦੀ ਪ੍ਰੋਸੈਸ ਹੋਵੇ। ਤਾਂ ਉਮੀਦ ਹੈ ਕਿ ਇਹ ਸਾਡਾ ਪਿਆਰ ਦਾ, ਅਮਨ ਦਾ ਪੈਗਾਮ ਜਿਹੜਾ ਜਿੰਨੀ ਵੀ ਦੂਰ ਤੱਕ ਜਾਵੇ ਉਹ ਥੋੜ੍ਹਾ ਹੈ। ਮੈਂ ਤੁਹਾਡਾ ਭਾਬੀ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਤੁਸੀਂ ਜਨਾਬ ਫਿਰ ਆਉਣਾ ਹੈ ਦੁਬਾਰਾ, ਅਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਸ਼ਾਦੀ ਦੀ ਤਕਰੀਬ ਜਿਹੜੀ ਆਏ ਉਹਦੇ ਵਿੱਚ, ਉਹਦੇ ਮੁਤਲਕ ਤੁਸੀਂ ਦੱਸੋ ਕਿ ਕੀ ਕੋਈ ਡਿਫਰੈਂਟ ਲੱਗ ਰਿਹਾ ਹੈ। ਕੋਈ ਡਿਫਰੈਂਸ ਨਹੀਂ ਹੈ ਸਾਡੇ, ਜਿਸ ਤਰ੍ਹਾਂ ਇੰਡੀਆ ਵਿੱਚ, ਦਿੱਲੀ ਵਿੱਚ ਸਾਡੇ ਸਿੱਖਾਂ ਦੀਆਂ ਸ਼ਾਦੀਆਂ ਹੁੰਦੀਆਂ ਹਨ, ਬਿਲਕੁਲ ਉਸੇ ਤਰ੍ਹਾਂ ਹੀ ਹੈਗੇ, ਕੋਈ ਚੇਂਜ ਨਹੀਂ, ਕੋਈ ਚੇਂਜ ਨਹੀਂ। ਗਾਣੇ ਵੀ ਉਂਝੇ ਹੀ, ਸਭ ਦੀ ਬੋਲੀ ਸੇਮ ਹੈਗੀ ਹੈ, ਅੱਛਾ ਅੱਛਾ, ਸਭ ਕੁਝ ਸੇਮ ਹੈ, ਪਹਿਨਾਵਾ ਸੇਮ ਹੈਗਾ, ਮਹਿੰਦੀ ਦੀ ਰਸਮ ਸੇਮ ਹੈ, ਗਾਣੇ ਹੈ, ਹਲਦੀ ਦੀ ਰਸਮ, ਜੋ ਵੀ ਅਸੀਂ ਦੇਖਨੇ ਆ ਕਿ ਸਭ ਕੁਝ ਸੇਮ ਹੈਗੀ ਹੈ ਸਾਡੇ ਦੋਨਾਂ ਦੀ। ਚਲੋ ਜੀ, ਕੋਈ ਫਰਕ ਨਹੀਂ ਹੈਗਾ ਬਿਲਕੁਲ ਵੀ। ਦੇਖੋ ਦੱਸਿਆ ਜਾ ਰਿਹਾ ਕਿ ਦਿੱਲੀ ਔਰ ਪੰਜਾਬ ਬਹੁਤ ਬੜਾ ਫਾਸਲਾ ਹੈ, ਲੇਕਿਨ ਉਹਦੇ ਬਾਵਜੂਦ ਵੀ ਉਹ ਕਹਿ ਰਹੇ ਨੇ ਕਿ ਅੱਜ ਵੀ ਰਸਮਾਂ ਜਿਹੜੀਆਂ ਨੇ ਸਾਡੀਆਂ ਉਹੀ ਨੇ ਜਿਹੜੀਆਂ ਉੱਧਰ ਨੇ, ਉਹੀ ਇੱਧਰ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਖੋਰੇ ਸੱਚ 47 ਦੇ, ਔਰ ਦੁੱਖ ਭਰੀਆਂ ਗੱਲਾਂ ਜਿੰਨੀਆਂ ਵੀ ਕਰੀਏ ਉਹ ਥੋੜ੍ਹੀਆਂ ਨੇ, ਲੇਕਿਨ ਇਮੋਸ਼ਨਸ ਦੇ ਨਾਲ ਚੀਜ਼ਾਂ ਨਹੀਂ ਬਦਲਦੀਆਂ, ਹਮੇਸ਼ਾ ਕੁਛ ਕਰਕੇ ਦਿਖਾਉਣਾ ਪੈਂਦਾ ਹੈ। ਮੈਂ ਕੁਛ ਕਰਕੇ ਦਿਖਾਉਣ ਵਾਸਤੇ ਨਿਕਲਿਆ ਸੀ ਘਰੋਂ, ਮੈਂ ਅਕੇਲਾ ਹੀ ਚਲਾ ਥਾ ਜਾਨਬੇ ਮੰਜ਼ਿਲ, ਲੋਕ ਮਿਲਤੇ ਗਏ ਔਰ ਕਾਰਵਾਂ ਬਣਤਾ ਗਿਆ।